ਚਲੋ ਗੁਰੂ ਘਰ ਆਇਆ, ਮੈਂ ਕੋਈ ਸਿਆਸੀ ਗੱਲ ਕਰਨੀ ਨਹੀਂ। ਸਰ ਸ਼ਹੀਦੀ ਜੋੜ ਮੇਲੇ ਲੈ ਕੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਇੱਥੇ। ਮੇਰਾ ਵੀਰ, ਮੈਂ ਤਾਂ ਗੁਰੂ ਘਰ ਦਾ ਕੂਕਰ ਆ, ਮੰਗਤਾ ਤੇ ਮੈਂ ਗੁਰੂ ਘਰ 'ਚ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਇਆ। ਇਸ ਲਈ ਗੁਰੂ ਸਾਹਿਬ ਦੀ, ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ, ਮੈਂ ਸਮਝਦਾ ਉਹਨਾਂ ਦੇ ਵੱਡੇ ਪਾਕ ਹੋਣਗੇ। ਇਸ ਲਈ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ, ਦਾਸ ਇੱਥੇ ਨਤਮਸਤਕ ਹੋਣ ਵਾਸਤੇ, ਆਪ ਦੀਆਂ ਭੁੱਲਾਂ ਬਖਸ਼ਾਉਣ ਵਾਸਤੇ, ਆਪ ਦੀਆਂ ਝੋਲੀਆਂ ਭਰਨ ਵਾਸਤੇ, ਗੁਰੂ ਸਾਹਿਬ ਦੀ ਨਾਮ ਦੀ ਦਾਤ, ਖੁਸ਼ੀਆਂ, ਸਮਤ, ਛੋਟੇ ਸਾਹਿਬਜ਼ਾਦੇ, ਵੱਡਿਆਂ ਸਾਹਿਬਜ਼ਾਦਿਆਂ ਦੇ, ਮਾਤਾ ਜੀ ਦੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਇਆ, ਭੁੱਲਾਂ ਬਖਸ਼ਾਉਣ ਸਮਤ ਲੈਣ ਵਾਸਤੇ। ਇਹਦੇ ਸਿੱਟ ਕੋਲ ਜਾਓਗੇ ਕਿ ਨਵੀਂ ਸਿੱਟ ਕੋਲ ਜਾਵਾਂਗੇ? ਦੇਖੋ, ਜਿਹੜੀ ਮਰਜ਼ੀ ਸਿੱਟ ਸੱਦ ਲੈ, ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਪਾਤਸ਼ਾਹ ਦਾ ਦਰਬਾਰ। ਜਿਹੜਾ ਹਫਤਾ ਹੈ ਨਾ ਜੀ, ਇਹ ਜ਼ੁਲਮ ਦੇ ਖਿਲਾਫ ਟਾਕਰੇ ਦਾ ਬੜਾ ਵੱਡਾ ਸੁਨੇਹਾ, ਠੀਕ ਆ ਜੀ, ਹੱਕ ਸੱਚ ਦੀ ਗੱਲ ਦਾ। ਔਰ ਕਚਹਿਰੀਆਂ ਦੀ ਕਚਹਿਰੀ ਲੋਕਾਂ ਦੀ ਆ, ਜਾਂ ਉਤੋਂ ਵੱਡੀ, ਸਭ ਤੋਂ ਵੱਡੀ ਕਚਹਿਰੀ ਰੱਬ ਦੀ ਆ, ਉਤੋਂ ਗੁਰੂ ਦੀ ਕਿਰਪਾ ਚਾਹੀਦੀ ਆ। ਇਹਨਾਂ ਦਾ ਮੈਨੂੰ ਕੋਈ ਫਿਕਰ ਨੀ ਜੀ, ਇਹ ਜਿਹੀਆਂ ਕਈ ਆਉਣਗੀਆਂ ਤਾਂ ਕਈ ਜਾਣਗੇ। ਸਮਤ ਬਖਸ਼ਣ ਜੀ, ਹਿੰਮਤ ਸਮਤ ਸਮਰੱਥਾ ਮਾਲਕ ਬਖਸ਼ੇ ਜੀ, ਸਿਆਸਤ ਹੈ ਜੀ, ਸਿਆਸਤ ਕਰੀ ਜਾਣ ਦਿਓ ਜੀ। ਚਲੋ ਗੁਰੂ ਘਰ ਆਇਆ, ਮੈਂ ਕੋਈ ਸਿਆਸੀ ਗੱਲ ਕਰਨੀ ਨੀ। ਸਰ ਸ਼ਹੀਦੀ ਜੋੜ ਮੇਲੇ ਲੈ ਕੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਇੱਥੇ। ਮੇਰਾ ਵੀਰ, ਮੈਂ ਤਾਂ ਗੁਰੂ ਘਰ ਦਾ ਕੂਕਰ ਆ, ਮੰਗਤਾ ਤੇ ਮੈਂ ਗੁਰੂ ਘਰ 'ਚ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਇਆ। ਇਸ ਲਈ ਗੁਰੂ ਸਾਹਿਬ ਦੀ, ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ, ਮੈਂ ਸਮਝਦਾ ਉਹਨਾਂ ਦੇ ਵੱਡੇ ਪਾਕ ਹੋਣਗੇ। ਇਸ ਲਈ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ, ਦਾਸ ਇੱਥੇ ਨਤਮਸਤਕ ਹੋਣ ਵਾਸਤੇ, ਆਪ ਦੀਆਂ ਭੁੱਲਾਂ ਬਖਸ਼ਾਉਣ ਵਾਸਤੇ, ਆਪ ਦੀਆਂ ਝੋਲੀਆਂ ਭਰਨ ਵਾਸਤੇ, ਗੁਰੂ ਸਾਹਿਬ ਦੀ ਨਾਮ ਦੀ ਦਾਤ, ਖੁਸ਼ੀਆਂ, ਸਮਤ, ਛੋਟੇ ਸਾਹਿਬਜ਼ਾਦੇ, ਵੱਡਿਆਂ ਸਾਹਿਬਜ਼ਾਦਿਆਂ ਦੇ, ਮਾਤਾ ਜੀ ਦੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਇਆ, ਭੁੱਲਾਂ ਬਖਸ਼ਾਉਣ ਸਮਤ ਲੈਣ ਵਾਸਤੇ। ਇਹਦੇ ਸਿੱਟ ਕੋਲ ਜਾਓਗੇ ਕਿ ਨਵੀਂ ਸਿੱਟ ਕੋਲ ਜਾਵਾਂਗੇ? ਦੇਖੋ, ਜਿਹੜੀ ਮਰਜ਼ੀ ਸਿੱਟ ਸੱਦ ਲੈ, ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਪਾਤਸ਼ਾਹ ਦਾ ਦਰਬਾਰ। ਜਿਹੜਾ ਹਫਤਾ ਹੈ ਨਾ ਜੀ, ਇਹ ਜ਼ੁਲਮ ਦੇ ਖਿਲਾਫ ਟਾਕਰੇ ਦਾ ਬੜਾ ਵੱਡਾ ਸੁਨੇਹਾ, ਠੀਕ ਆ ਜੀ, ਹੱਕ ਸੱਚ ਦੀ ਗੱਲ ਦਾ। ਔਰ ਕਚਹਿਰੀਆਂ ਦੀ ਕਚਹਿਰੀ ਲੋਕਾਂ ਦੀ ਆ, ਜਾਂ ਉਤੋਂ ਵੱਡੀ, ਸਭ ਤੋਂ ਵੱਡੀ ਕਚਹਿਰੀ ਰੱਬ ਦੀ ਆ, ਉਤੋਂ ਗੁਰੂ ਦੀ ਕਿਰਪਾ ਚਾਹੀਦੀ ਆ। ਇਹਨਾਂ ਦਾ ਮੈਨੂੰ ਕੋਈ ਫਿਕਰ ਨੀ ਜੀ, ਇਹ ਜਿਹੀਆਂ ਕਈ ਆਉਣਗੀਆਂ ਤਾਂ ਕਈ ਜਾਣਗੇ। ਸਮਤ ਬਖਸ਼ਣ ਜੀ, ਹਿੰਮਤ ਸਮਤ ਸਮਰੱਥਾ ਮਾਲਕ ਬਖਸ਼ੇ ਜੀ, ਮਤਲਬ ਸਿਆਸਤ ਹੈ ਜੀ, ਸਿਆਸਤ ਕਰੀ ਜਾਣ ਦਿਓ ਜੀ।